ਅੱਜ ਸਾਡੇ ਸੱਜਣ ਨਵੀਂ ਘੋੜੀ ਲੈ ਕੇ ਆਏ ਨੇ ਮਾਸ਼ਾਅੱਲਾ ਨੁਕਰੀ ਘੋੜੀ ਤੇ ਬਹੁਤ ਹੀ ਸੋਹਣੀ ਉੱਥੇ ਵੀ ਘੋੜੇ ਦਾ ਹੀ ਰੌਲਾ ਸੀ ਉਹ ਉਹਦੇ ਵੀ ਘੋੜੀ ਪੈ ਗਿਆ ਲਓ ਇਹਦੇ ਨੈਣ ਨਕਸ਼ ਜਿਹੜੇ ਨਾ ਉਹ ਘੋੜੀਆਂ ਵਾਲੇ ਨੇ ਉਹ ਤਾਂ ਪਰ ਮੁਕਾਲਤਾ ਬੰਦਾ ਖਾ ਜਾਂਦਾ ਲਓ ਜਿਹੜਾ ਮਾਸ਼ਾਅੱਲਾ ਘੋੜਾ ਹੈਗਾ ਜੇ ਅਤੇ ਵਾਈਟ ਕਲਰ ਦਾ ਘੋੜਾ ਹੋਰ ਤਾਂ ਮੇਰੇ ਖਿਆਲ ਮੰਡੀ 'ਚ ਕੋਈ ਨਹੀਂ ਆਇਆ ਘੋੜਾ ਕੋਈ ਨੁਕਰਾ ਅਤੇ ਇਹਦੇ ਕਿੰਨੇ ਪੈਸੇ ਵੀਰ ਜੀ ਇਹਦਾ 3.5 ਲੱਖ 3.5 ਲੱਖ ਰੁਪਇਆ ਲਓ ਜਾਮ ਨੁਕਰਾ ਹੈਗਾ ਜੇ ਇੱਧਰ ਉਧਰ ਮੂੰਹ ਇੱਧਰ ਮਾਸ਼ਾਅੱਲਾ ਕਰਿਆ ਜੇ ਨਹੀਂ ਆਪਦਾ ਮੂੰਹ ਮੇਰੇ ਬੰਨੇ ਕਰ ਲਿਆ ਘੋੜੇ ਦਾ ਤਾਂ ਹੈਗਾ ਹੀ ਹੈ ਅਤੇ ਨਾਂ ਪਹਿਲਾਂ ਆਪਦਾ ਬਿਸਮਿਲਾ ਕਰਕੇ ਪੜ੍ਹ ਮੁਹੰਮਦ ਇਰਸ਼ਾਦ ਅਤੇ ਆਪਣਾ ਪਿੰਡ ਕਿਹੜਾ ਹੈਗਾ ਫੈਸਲਾਬਾਦ ਅੱਛਾ ਮੁਹੰਮਦ ਇਰਸ਼ਾਦ ਇਹਦੇ ਪੈਸੇ ਕਿੰਨੇ ਹੈਗੇ ਨੇ 3.5 ਲੱਖ 3.5 ਲੱਖ ਰੁਪਇਆ ਮੰਗਦੇ ਜੀ ਅਤੇ ਹਾਈਟ ਇਹਦੀ ਕਿੰਨੀ ਕੁ ਹੈਗੀ ਹੈ ਜੋ ਲੰਨ ਮਨਜ਼ੂਰ ਅਤੇ ਕੋਈ ਖੇਡ ਖੂਡ ਵੀ ਕਰਦਾ ਧਮਾਲ ਕਰਦਾ ਅਤੇ ਨੇਤਾਬਾਜ਼ੀ ਵੀ ਹੋ ਸਕਦੀ ਨੇਤਾਬਾਜ਼ੀ ਵੀ ਹੋ ਸਕਦੀ ਹੈ ਅਤੇ ਇਹਦੇ 3.5 ਲੱਖ ਰੁਪਇਆ ਫਾਈਨਲ ਹੈਗਾ ਪਿਆਰ ਮੁਹੱਬਤ ਹੋ ਜਾਏਗਾ ਅਗਰ ਸ਼ੌਕੀਨ ਵਾਲਾ ਲੈਣ ਵਾਲਾ ਅਤੇ ਨੰਬਰ ਦੱਸ ਸਰ ਸ਼ਾਹ ਦਾ ਨੰਬਰ ਵੀਰ ਦੱਸ 0 36 0 36 ਤੁਹਾਡਾ ਨਾਂ ਕੀ ਹੈ ਅਲਿਆਸ ਤੁਸੀਂ ਬੇਟੇ ਜਿੰਦੇ ਠੀਕ ਹੈ ਮਾਸ਼ਾਅੱਲਾ ਜੀ ਲਾ ਜੀ ਇਰਸ਼ਾਦ ਸਾਹਿਬ ਦਾ ਜਨਾਬ ਅਸੀਂ ਘੋੜਾ ਦਿਖਾਉਂਦੇ ਹਾਂ ਜਨਾਬ ਅਤੇ ਮਾਸ਼ਾਅੱਲਾ ਅੱਛੀ ਲੱਗੀ ਹੋਈ ਵੀਡੀਓ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨੀ ਅਤੇ ਇਨਸ਼ਾਅੱਲਾ ਤਾਲਾ ਇਸ ਤਰ੍ਹਾਂ ਦੇ ਜਨਾਬ ਤੁਹਾਨੂੰ ਜਾਨਵਰ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਅਤੇ ਮਾਸ਼ਾਅੱਲਾ ਤੁਹਾਨੂੰ ਜਾਨਵਰ ਅੱਛਾ ਲੱਗਿਆ ਹੋਵੇ ਤਾਂ ਤੁਸੀਂ ਫਿਰ ਵੀ ਜਨਾਬ ਤੁਸੀਂ ਰਾਬਤਾ ਕਰ ਸਕਦੇ ਜੇ 3.5 ਲੱਖ ਰੁਪਇਆ ਮੰਗਦੇ ਨੇ ਅਤੇ ਇਹ ਘੋੜਾ ਜਿਹੜਾ ਨਾ ਉੱਥੇ ਮੰਡੀ ਵੀ ਆਇਆ ਤੁਸੀਂ ਦੇਖਿਆ ਹੋਣਾ ਅਤੇ ਚਲੋ ਅਸੀਂ ਮੈਂ ਚਲੋ ਤੁਹਾਡੇ ਵਾਸਤੇ ਵੀਡੀਓ ਜਨਾਬ ਬਣਾ ਲਈਏ ਲਓ ਜੀ ਇਜਾਜ਼ਤ ਚਾਹੁੰਦੇ ਜੀ ਇਨਸ਼ਾਅੱਲਾ ਤਾਲਾ ਫਿਰ ਤੁਹਾਨੂੰ ਵਿਖਾਉਣੇ ਜੀ ਅੱਲਾ ਹਾਫਿਜ਼ ਬਿਸਪੁਰ ਦੇ ਖੁਦਾ ਜਨਾਬ ਲਓ ਜੀ ਇਹ ਸੀ ਵਾਈਟ ਰੰਗ ਦਾ ਜਨਾਬ ਵਛੇਰਾ ਘੋੜਾ ਜਿਹੜਾ ਤੁਹਾਨੂੰ ਅਸੀਂ ਵਿਖਾਇਆ ਅਤੇ ਜਨਾਬ ਇਜਾਜ਼ਤ ਚਾਹੁੰਦੇ ਹਾਂ ਜੀ ਇਨਸ਼ਾਅੱਲਾ ਤਾਲਾ ਨਹੀਂ ਅਤੇ ਫਿਰ ਇੱਥੇ ਇੱਕ ਹੋਰ ਬੰਦਾ ਫਿਰਦਾ ਇੱਧਰ ਤੂੰ ਹੀ ਆ ਜਾ ਕੀ ਨਾਂ ਹੈ ਤੇਰਾ ਮੁਹੰਮਦ ਅਬਾਸ ਮੁਹੰਮਦ ਅਬਾਸ ਕਿੰਨੇ ਪੈਸੇ ਦਿੰਦੇ ਅਤੇ ਉਮਰ ਕਿੰਨੀ ਮੁਹੰਮਦ ਅਬਾਸ ਸ਼ੁਰੂ 5 ਸਾਲ ਦੇ ਅਸੀਂ ਜ਼ਰਾ ਟੋਰ ਕੇ ਬਖਾਰ ਲਓ ਜੀ ਮੁਹੰਮਦ ਅਬਾਸ ਜੀ ਲਓ ਜੀ ਘੋੜੀ ਹੈ ਜੀ ਅਤੇ 75,000 ਰੁਪਈਆ ਨੰਬਰ ਦੱਸ ਮੁਹੰਮਦ ਅਬਾਸ ਨੰਬਰ ਦੱਸੋ ਜੀ 0304 55 66 168 ਠੀਕ ਹੈ ਜਨਾਬ ਲਓ ਜੀ ਮਾਸ਼ਾਅੱਲਾ ਲਓ ਜਨਾਬ ਵੀਡੀਓ ਚੰਗੀ ਲੱਗੀ ਹੋਵੇ ਤਾਂ ਜਨਾਬ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਇਨਸ਼ਾਅੱਲਾ ਨਏ ਜਾਨਵਰ ਇਨਸ਼ਾਅੱਲਾ ਤੁਹਾਨੂੰ ਵਿਖਾਉਣੇ ਇਸ ਵੀਡੀਓ ਦੇ ਵਿੱਚ ਇਜਾਜ਼ਤ ਚਾਹੁੰਦੇ ਜੀ ਅੱਲਾ ਹਾਫਿਜ਼